ਕਹਿੰਦੇ ਭਾਅ ਜੀ ਮਿਹਨਤ ਰੰਗ ਲਿਆਂਦੀ ਲਿਆਂਦੀ ਹੈ, ਚਾਹੇ ਤੁਸੀਂ ਸੁੱਕੀ ਰੋਟੀ ਵੀ ਖਾਓ, ਜੇ ਮਿਹਨਤ ਲਾ ਰਹੇ ਹੋ ਤੁਹਾਨੂੰ ਰੰਗ ਆਏਗਾ ਹੀ ਆਏਗਾ। ਰੀਸੈਂਟਲੀ ਮੈਂ ਗਿਨੀਸ 'ਚ ਨਾਂ ਦਰਜ ਕਰਾਇਆ, ਉਹਦੇ ਵਿੱਚ ਮੈਂ 10 ਕਿਲੋ ਦਾ ਬੈਗ ਲੈ ਕੇ ਆਪਣੀ ਪਿੱਠ 'ਤੇ, ਅਤੇ ਉਂਗਲਾਂ ਦੇ ਸਹਾਰੇ ਮਤਲਬ ਉਂਗਲਾਂ ਦੇ ਨਾਲ ਮੈਂ 1 ਘੰਟੇ 'ਚ 570 ਪੁਸ਼ਅਪ ਲਾਏ ਨੇ। 570 ਜੇਕਰ ਮੈਂ ਗੱਲ ਕਰਾਂ ਤਾਂ ਮੇਰੇ ਤੋਂ 10 ਤੋਂ 15 ਮੁਸ਼ਕਲ ਨਾਲ ਲੱਗਦੇ ਆ, ਉਹ ਵੀ ਬਿਨਾਂ ਵੇਟ ਰੱਖੇ, ਪਰ ਕਰਨ ਆਸਾਨੀ ਦੇ ਨਾਲ 570 ਕਰ ਚੁੱਕੇ ਆ, ਵਰਲਡ ਰਿਕਾਰਡ ਬਣਾ ਚੁੱਕੇ। ਕਰਨ ਕਦੋਂ ਦਿਮਾਗ 'ਚ ਆ ਗਿਆ ਕਿ ਹੁਣ ਮੈਂ ਪੁਸ਼ਅਪਸ ਨੂੰ ਹੀ ਆਪਣੀ ਜ਼ਿੰਦਗੀ ਬਣਾਉਣਾ, ਇਸ ਫਿਟਨੈਸ ਨੂੰ ਹੀ ਆਪਣੀ ਜ਼ਿੰਦਗੀ ਬਣਾਉਣਾ? ਭਾਈ ਮਤਲਬ ਬਚਪਨ ਤੋਂ ਸ਼ੌਂਕ ਸੀਗਾ ਵੀ ਕੁਛ ਨਾ ਕੁਛ ਇਸ ਲਾਈਨ ਦੇ ਵਿੱਚ ਕਰਨਾ ਹੈਗਾ, ਕਿਉਂਕਿ ਮੈਂ ਜਿੱਦਾਂ ਕਿ ਬਰੂਸ਼ਲੀ ਨੂੰ ਮਤਲਬ ਆਪਣਾ ਗੁਰੂ ਮੰਨਦਾ ਹੈਗਾ, ਉਹਦੀ ਫਿਲਮਾਂ ਤੋਂ ਮੋਟੀਵੇਟ ਹੋ ਕੇ ਮਤਲਬ ਮੈਂ ਇਸ ਲਾਈਨ ਦੇ ਰਸਤੇ 'ਤੇ ਤੁਰਿਆ ਸੀਗਾ। ਕਦੋਂ ਬਣਾਇਆ, ਕਦੋਂ ਵਰਲਡ ਰਿਕਾਰਡ ਕਦੋਂ ਬਣਾਇਆ, ਕਿਸ ਦਿਨ ਆਇਆ ਵੀ ਹਾਂ ਗਿਨੀ ਵਰਲਡ ਰਿਕਾਰਡ ਦੇ ਵਿੱਚ ਤੁਹਾਡਾ ਨਾਮ ਆ ਗਿਆ? ਭਾਈ ਜਦੋਂ ਸ਼ੁਰੂਆਤ ਕੀਤੀ 2019 ਤੋਂ ਕੀਤੀ ਸੀਗੀ ਜੀ ਮੈਂ, ਮਤਲਬ 19 ਤੋਂ ਮੇਰੇ ਮਾਇੰਡ 'ਚ ਸੀਗਾ ਵੀ ਮੈਂ ਕਿਹਾ ਯਾਰ ਗਿਨੀਸ ਤੱਕ ਪਹੁੰਚਣਾ ਹੀ ਪਹੁੰਚਣਾ। ਗਿਨੀਸ ਤੋਂ ਪਹਿਲਾਂ ਮੈਂ ਇੰਟਰਨੈਸ਼ਨਲ 'ਚ ਰਿਕਾਰਡ ਆਪਣਾ ਦਰਜ ਕਰਾਇਆ ਸੀ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ 'ਚ, 30 ਸੈਕਿੰਡ ਦੇ ਵਿੱਚ ਮੈਂ ਇਹ 2 ਉਂਗਲਾਂ ਦੇ ਨਾਲ 35 ਪੁਸ਼ਅਪ ਲਾਏ ਸੀਗੇ ਜੀ। ਅੱਜ ਪੂਰਾ ਜਦੋਂ ਗਿਨੀਸ ਰਿਕਾਰਡ ਪਤਾ ਲੱਗਿਆ ਤਾਂ ਫਿਰ ਕਰਨ ਦੇ ਵਿੱਚ ਅੰਦਰ ਪਰਿਵਾਰ ਦੇ ਵਿੱਚ ਯਾਰਾਂ ਦੋਸਤਾਂ 'ਚ ਕੀ ਮਾਹੌਲ ਸੀ? ਮਾਹੌਲ ਇੱਦਾਂ ਵੀ ਦੇਖੋ, ਮੇਰੀ ਸਭ ਤੋਂ ਵੱਡੀ ਅਚੀਵਮੈਂਟ ਸੀ, ਮੈਂ ਮਤਲਬ ਐਂ ਲਾ ਲਓ ਵੀ ਹਰ ਜਗ੍ਹਾ ਸੁੱਖਿਆ ਵੀ ਹੋਇਆ ਸੀ, ਆਪਣੀ ਮਿਹਨਤ ਵੀ ਕਰ ਰਿਹਾ ਸੀ, ਬਸ ਇੱਕੋ ਇੱਕ ਲਕਸ਼ ਸੀ ਵੀ ਸਭ ਤੋਂ ਵੱਡੀ ਬੁੱਕ ਜਿਹਨੂੰ ਗਿਨੀਸ ਵਰਲਡ ਰਿਕਾਰਡ ਕਹਿੰਦੇ ਉਹ 'ਚ ਆਪਣਾ ਨਾਂ ਦਰਜ ਕਰਾਉਣਾ। ਬਸ ਜ਼ਿੰਦਗੀ ਨੂੰ ਕਿਵੇਂ ਸਮਝਦੇ ਹੋ, ਜ਼ਿੰਦਗੀ ਦਾ ਕੀ ਮਕਸਦ ਆ ਤੁਹਾਡੇ ਦਿਮਾਗ ਦੇ ਵਿੱਚ? ਮਤਲਬ ਜ਼ਿੰਦਗੀ ਦਾ ਜਿਹੜਾ ਮੇਨ ਮਕਸਦ ਹੈਗਾ, ਬਾਕੀ ਲੋਕਾਂ ਦੀ ਸੋਚ ਮੈਂ ਕਹਿ ਨਹੀਂ ਸਕਦਾ ਕੀ ਸੋਚਦੇ ਨੇ, ਬਟ ਜੋ ਮੈਂ ਇਸ ਸੋਚ ਨੂੰ ਲੈ ਕੇ ਜੀ ਰਿਹਾ ਹੈਗਾ ਵੀ ਜੇ ਆਪਾਂ ਨੂੰ ਰੱਬ ਨੇ ਜੀਵਨ ਦਿੱਤਾ, ਆਪਣਾ ਜੀਵਨ ਮਤਲਬ ਕਿਸੇ ਐਸੇ ਫੀਲਡ 'ਚ ਐਸੇ ਬੰਦੇ ਜਾਂ ਐਸੇ ਜੀਵਨ ਦੇ ਲੇਖੇ ਲਾਓ, ਐਸੇ ਕੰਮ ਦੇ ਲੇਖੇ ਲਾਓ ਕਿ ਆਪਣੇ ਮਰਨ ਤੋਂ ਬਾਅਦ ਵੀ ਆਪਣੇ ਲੋਕ, ਮਰਨ ਤੋਂ ਪਿੱਛੋਂ ਵੀ ਆਪਣੇ ਲੋਕ ਗੱਲਾਂ ਕਰਨ। ਪੰਜਾਬ ਦਾ ਨਾਮ ਐਵੇਂ ਬਦਨਾਮ ਕੀਤਾ ਜਾ ਰਿਹਾ, ਕਹਿੰਦੇ ਪੰਜਾਬ ਨਸ਼ੇ 'ਤੇ ਲੱਗਿਆ ਹੋਇਆ, ਪਰ ਪੰਜਾਬ ਦੁਨੀਆ ਦੇ ਵਿੱਚ ਛਾਇਆ ਹੋਇਆ। ਇੱਕ ਤੁਹਾਨੂੰ ਮੈਂ ਰਿਕਾਰਡ ਦਿਖਾਉਣ ਜਾ ਰਿਹਾ, ਇੱਕ ਟੈਲੈਂਟ ਦਿਖਾਉਣ ਜਾ ਰਿਹਾ, ਇਹ ਟੈਲੈਂਟ ਪੁਸ਼ਅਪ ਦਾ। ਪੁਸ਼ਅਪ ਸਿਰਫ ਇੰਨੀਆਂ ਹੀ ਨਹੀਂ, ਪੁਸ਼ਅਪ ਫਿੰਗਰ ਟਿਪਸ ਦੇ ਉੱਪਰ, ਉਹ ਵੀ ਪੰਜਾਬ ਲੈਵਲ 'ਤੇ ਨਹੀਂ, ਇੰਡੀਆ ਲੈਵਲ 'ਤੇ ਨਹੀਂ, ਲਿਮਕਾ ਲੈਵਲ 'ਤੇ ਨਹੀਂ, ਏਸ਼ੀਆ ਲੈਵਲ 'ਤੇ ਨਹੀਂ, ਵਰਲਡ ਲੈਵਲ 'ਤੇ ਪੂਰੀ ਦੁਨੀਆ ਦੇ ਵਿੱਚ ਰਿਕਾਰਡ ਬਣ ਚੁੱਕਿਆ। ਕਰਨਗੜੀ ਹਰਜਿੰਦਰ ਸਿੰਘ ਮੇਰੇ ਨਾਲ ਮੌਜੂਦ ਹੈ, ਗੱਲਬਾਤ ਕਰਾਂਗੇ, ਕਿਉਂਕਿ ਗਿਨੀਜ਼ ਵਰਲਡ ਰਿਕਾਰਡ 'ਚ ਇਹਨਾਂ ਦਾ ਨਾਮ ਦਰਜ ਹੋ ਚੁੱਕਿਆ। ਫਿੰਗਰ ਟਿਪਸ 'ਤੇ ਪੁਸ਼ਅਪ ਕਰਦੇ ਆ 20 ਲੈਪਸ ਨਾ? ਨਹੀਂ ਸਰ, ਜਿਹੜਾ ਹੁਣ ਰੀਸੈਂਟਲੀ ਮੈਂ ਗਿਨੀਸ 'ਚ ਨਾਂ ਦਰਜ ਕਰਾਇਆ, ਉਹਦੇ ਵਿੱਚ ਮੈਂ 10 ਕਿਲੋ ਦਾ ਬੈਗ ਲੈ ਕੇ ਆਪਣੀ ਪਿੱਠ 'ਤੇ, ਅਤੇ ਉਂਗਲਾਂ ਦੇ ਸਹਾਰੇ ਮਤਲਬ ਉਂਗਲਾਂ ਦੇ ਨਾਲ ਮੈਂ 1 ਘੰਟੇ 'ਚ 570 ਪੁਸ਼ਅਪ ਲਾਏ ਨੇ। ਜਿਹੜਾ ਪਹਿਲਾ ਰਿਕਾਰਡ ਹੈਗਾ ਸੀ ਉਹ ਸਪੇਨ ਦੇ ਬੰਦੇ ਦਾ ਸੀ, ਅਲੈਜੈਂਡਰਾ ਇੱਦਾਂ ਦਾ ਨਾਮ ਕਰਕੇ ਸਪੇਨ ਦਾ ਬੰਦਾ ਸੀ, ਉਹਨੇ 1 ਘੰਟੇ 'ਚ 530 ਲਾਏ ਸੀ, ਅਤੇ ਮੈਂ ਮਿਹਨਤ ਕਰਕੇ 570 ਲਾ ਕੇ ਉਹਦਾ ਰਿਕਾਰਡ ਬ੍ਰੇਕ ਕੀਤਾ। ਕਦੋਂ ਦਿਮਾਗ 'ਚ ਆ ਗਿਆ ਕਿ ਹੁਣ ਮੈਂ ਪੁਸ਼ਅਪਸ ਨੂੰ ਹੀ ਆਪਣੀ ਜ਼ਿੰਦਗੀ ਬਣਾਉਣਾ, ਇਸ ਫਿਟਨੈਸ ਨੂੰ ਹੀ ਆਪਣੀ ਜ਼ਿੰਦਗੀ ਬਣਾਉਣਾ? ਭਾਈ ਮਤਲਬ ਬਚਪਨ ਤੋਂ ਸ਼ੌਂਕ ਸੀਗਾ ਵੀ ਕੁਛ ਨਾ ਕੁਛ ਇਸ ਲਾਈਨ ਦੇ ਵਿੱਚ ਕਰਨਾ ਹੈਗਾ, ਕਿਉਂਕਿ ਮੈਂ ਜਿੱਦਾਂ ਕਿ ਬਰੂਸ਼ਲੀ ਨੂੰ ਮਤਲਬ ਆਪਣਾ ਗੁਰੂ ਮੰਨਦਾ ਹੈਗਾ, ਉਹਦੀ ਫਿਲਮਾਂ ਤੋਂ ਮੋਟੀਵੇਟ ਹੋ ਕੇ ਮਤਲਬ ਮੈਂ ਇਸ ਲਾਈਨ ਦੇ ਰਸਤੇ 'ਤੇ ਤੁਰਿਆ ਸੀਗਾ ਜੀ। ਇਕੱਲੀ ਪੁਸ਼ਪ ਕਰਦੇ ਜੋ ਹੋਰ ਕੁਛ ਵੀ ਕਰਦੇ ਹੈਗੇ ਹੋ? ਫਿਜੀਕਲ ਭਾਅ ਜੀ ਐਕਟੀਵਿਟੀ, ਜਿੰਨੀ ਫਿਜੀਕਲ ਐਕਟੀਵਿਟੀ ਹੈਗੀ ਮਤਲਬ ਹਰ ਤਰ੍ਹਾਂ ਦੇ ਪੁਸ਼ਅਪ ਹੋ ਗਏ, ਬਾਕੀ ਨੋਰਮਲ ਜਿੰਮ ਵਗੈਰਾ, ਮੈਂ ਜਿੰਮ ਵੀ ਇਸੇ ਕਰਕੇ ਖੋਲ੍ਹੀਏ ਵੀ ਮਤਲਬ ਵੀ ਮੈਂ ਤਾਂ ਫਿੱਟ ਹੈਗਾ, ਨਾਲ ਨਾਲ ਆਪਣੇ ਜਿਹੜੇ ਵੀ ਆਪਣੇ ਸਰਕਲ ਦੇ ਮੁੰਡੇ ਹੈਗੇ ਆ, ਮੇਰੇ ਰਾਜਪੁਰੇ ਦੇ ਜਿੰਨੇ ਕਲਾਇੰਟ ਆ, ਜੋ ਵੀ ਯੂਥ ਮਤਲਬ ਇੱਕ ਪ੍ਰੋਪਰ ਸੈੱਟ ਵਿੱਚ ਲੋਕ ਦੇਖ ਕੇ ਮੋਟੀਵੇਟ ਹੁੰਦੇ ਹੈ। ਮੈਂ ਨਾ ਇਹਨਾਂ ਤੁਹਾਡੀ ਜਿੱਭ ਦਿਖਾਦਾ, ਮੈਂ ਕਹੂੰਗਾ ਇੱਕ ਵਾਰੀ ਉਹ ਜਿਹੜਾ ਤੁਸੀਂ ਵਰਲਡ ਰਿਕਾਰਡ ਬਣਾਇਆ ਬੈਗ ਟੰਗ ਕੇ, ਉਸੇ ਤਰ੍ਹਾਂ ਇੱਕ ਵਾਰੀ ਪੁਸ਼ਪ ਕਰਕੇ ਦਿਖਾ ਦਿਓ, ਕਿਉਂਕਿ ਲੋਕਾਂ ਨੂੰ ਉਹ ਚੀਜ਼ ਅਸਲ ਦੇ ਵਿੱਚ ਦਿਖਣੀ ਵੀ ਚਾਹੀਦੀ, ਹਾਂ ਕਿਸ ਹਿਸਾਬ ਦੇ ਨਾਲ ਵਰਲਡ ਰਿਕਾਰਡ ਬਣਿਆ ਸੀ। ਕਰਨ ਨੇ ਬੀਤੇ ਦਿਨਾਂ ਦੇ ਵਿੱਚ ਆਪਣੀ ਜਿੰਮ ਖੋਲ੍ਹੀ ਹੈ, ਫਿਟਨੈਸ ਦਾ ਸ਼ੌਂਕ ਹੈਗਾ ਬਚਪਨ ਤੋਂ, ਕਹਿੰਦੇ ਮੈਨੂੰ ਸ਼ੌਂਕ ਹੈਗਾ, 10 ਕਿਲੋ ਦਾ ਵੇਟ ਪਿੱਛੇ ਰੱਖ ਤੇ ਕਮਰ 'ਤੇ 570 ਜੇਕਰ ਮੈਂ ਗੱਲ ਕਰਾਂ ਤਾਂ ਮੇਰੇ ਤੋਂ 10 ਤੋਂ 15 ਮੁਸ਼ਕਲ ਨਾਲ ਲੱਗਦੇ ਆ, ਉਹ ਵੀ ਬਿਨਾਂ ਵੇਟ ਰੱਖੇ, ਪਰ ਕਰਨ ਆਸਾਨੀ ਦੇ ਨਾਲ 570 ਕਰ ਚੁੱਕੇ ਆ, ਵਰਲਡ ਰਿਕਾਰਡ ਬਣਾ ਚੁੱਕੇ 1 ਘੰਟੇ ਦੇ ਵਿੱਚ, ਇਹ ਜਿਹੜਾ ਵਰਲਡ ਰਿਕਾਰਡ ਕਰਨ ਦਾ ਬਣਿਆ। ਕਰਨ ਕਿੰਨਾ ਸਮਾਂ ਲੱਗਿਆ ਤੁਹਾਨੂੰ ਪ੍ਰੈਕਟਿਸ ਕਰਦੇ ਨੂੰ, ਕਿੰਨਾ ਸਮਾਂ ਹੋ ਗਿਆ ਇਸ ਦੀ ਪ੍ਰੈਕਟਿਸ ਕਰਦੇ ਨੂੰ? ਭਾਈ ਮਤਲਬ ਇੱਕਦਮ ਤਾਂ ਕੁਛ ਨਹੀਂ ਹੁੰਦਾ ਹੈਗਾ, 2019 ਤੋਂ ਮਤਲਬ ਮੈਂ ਦਿਮਾਗ 'ਚ ਧਾਰ ਲਿਆ ਸੀ ਵੀ ਹੌਲੇ ਹੌਲੇ ਕਰਕੇ ਸਟੈਪ ਬਾਏ ਸਟੈਪ ਗਿਨੀਸ 'ਚ ਨਾਂ ਦਰਜ ਕਰਾਉਣਾ, ਕਿਉਂਕਿ ਤੁਹਾਨੂੰ ਪਤਾ ਗਿਨੀਸ ਵੀ ਬਹੁਤ ਵੱਡੇ ਲੈਵਲ ਦੀ ਚੀਜ਼ ਹੈਗੀ, ਉਹ 'ਚ ਤਾਂ ਮਤਲਬ ਉਹੀ ਬੰਦਾ ਨਾਂ ਦਰਜ ਕਰਾ ਸਕਦਾ, ਜਾਂ ਤਾਂ ਜਿਹਦੀ ਮਤਲਬ ਮਿਹਨਤ ਹੋਵੇ ਪੂਰੀ, ਜਾਂ ਉਹ ਬੰਦੇ ਨੂੰ ਰੱਬ ਵੱਲੋਂ ਵੀ ਕੋਈ ਦੇਣ ਹੋਵੇ।
बट मैं सोचा सी भी मैं क्या कोई भी कुछ भी हो जाए भी मैं नामुमकिन मुमकिन करना ही करना 2019 तो मतलब मैं तैयारी अपनी शुरू करती सी पुशअप नू लैके कल पुशअप की तैयारी कर रहे थे। हाँ जी पुशअप मतलब डेली मैं एक दिन दे विच एक घंटे च 1500 2000 पुशअप लाने स्टार्ट करते थे। पुशअप मैं हर तरह के जिवें मुक्कियां दे अंगूठे दे उंगलां दे ते मतलब हर तरह के रिस्ट पुशअप हो गए मतलब हर तरह का पुशअप जो भी होंगे ने मैं एक्सट्रीम तो एक्सट्रीम लैवल हूँ कितनी तरह के पुशअप करके दिखा सकते हो तुम मैं सब तो एक्सट्रीम इस तो उपर का कोई पुशअप है नहीं मैं अंगूठिया के पुशअप लगा के दिखावगा तुम दिखाओ करन हूँ अंगूठिया के पुशअप सिर्फ अंगूठिया के उपर सब तो कहें औखे अंगूठिया के उपर पुशअप होंगे है वो कर रहे हैं अंगूठिया के उपर हालांकि बहुत मुश्किल होंगे देखने को लगता कि अंगूठिया के पुशअप मारते पर जो तुम घर के ट्राई करोगे तो तुम्हें पता लगेगा कि मुश्किल है यह कदम करन सब तो पहला पंजाब दे विच नाम बदनाम मैं तुहानूं इह दसदा कि राजपुरा दी स्टोरी पंजाब दे विच ही फिर रहे पंजाब दे राजपुरा दे विच करन हैगे है एक पासे बेशक नशिया दे नाते बदनाम किया जा रहा पर पंजाब दे विच अजिहे नौजवान करन वर्गे भी हैगे ना नशिया दे नाते बदनाम किया जा रहा पंजाब दा की कहोगे तुहानूं पता ही है जी पंजाब च नशा वधिया पिया बट मैं ये नहीं सोचता हैगा भी नशा कोई भी है ना बंदा मूँह च नहीं फट के पाउंदा उहनां पंजाब दे लोकां चों मैं भी एक शख्स हैगा जिन्हें इंटरनेशनल लैवल च वर्ल्ड लैवल च नाम रोशन किया है पंजाब का भी राजपुरे का भी तो सो मतलब जिनी मर्जी गलत संगत हो जे मन च धार रखे कुछ अपने माँ प्यो का अपने देश का नाँ रोशन करना धार रखे भी मैं इस दुनिया से आके एवें नहीं मरना कुछ ना कुछ अपना नाम कमा के या कुछ ना कुछ यहोजा कुछ करके जाना है कि मेरे मरण पिछों भी मैनू लोग याद रखन जो आप धार लिया चाहे अपने सामने या जो मर्जी कुछ होंदा रहे आपां कोई भी गलत आदत अपना नहीं सकते। डाइट प्लान की दिन भर तुसी करदे की हो डाइट प्लान की है खांदे पींदे की हो मैं सारा जानना चाहुंदा क्योंकि बहुत सारे नौजवान है जिहड़े जिन्हां नूं ये नहीं पता हुंदा कि जेकर तुसी कोई एम रख्या हैगा तो उसनूं अपनाउणा किवें है जो कोई बॉडी बिल्डिंग करदा डाइट प्लान तुहाडा की रहिंदा सारा डाइट प्लान इदां सर भी किसी हर बंदे नूं ऐ हुंदा भी जिहड़ा जिम च लग रहा है पहला नूं प्रोटीन चाहिए होर सप्लीमेंट चिकन अंडे मतलब हर तरह का बंदा सोचता हैगा भी पहला मेरे को पैसे हो मैं फिर जिम ज्वाइन करा बट ये सब उल्ट हैगा ऐदा का कुछ नहीं हैगा तुसी अपनी जिम ज्वाइन करो फिटनेस नू अपनाओ फिटनेस करो घर दी देसी रोटी दुध दलिया घी मक्खन जो भी मतलब हैल्थी फूड हैगा फ्रूट वगैरह वो तुसी खा सकते हो जो मतलब तुसी वेखते हो टीवी भी हाँ भी इदा की बॉडी बनी उदा की बॉडी ये सब भाजी आप नैचुरल डाइट चो भी आप बना सकते हैं है लोगों ने झूठ बनाए हुए ने लोग जो सप्लीमेंट वाले स्टोर वाले ने लोगों ने मतलब अपने प्रोडक्ट वेचण वास्ते मतलब इदा की मशहूरी की हुई भी प्रोटीन खाओगे तो बॉडी बननी है प्रोटीन ठीक है फूड सप्लीमेंट है जे आप नैचुरल डाइट चो नहीं लै रहे प्रोटीन तो आप प्रोटीन सप्लीमेंट रख सकते हैं जे अपनी नैचुरल डाइट वधी हैगी अंडे चिकन पनीर हरी सब्जियां आप दाल खा रहे हैं तो आपूँ ना सप्लीमेंटा का सहारा लैन की लोड़ है। डाइट की है डाइट भाजी मैं सवेरे उठ के मेन सब तो पहला सवेरे उठ के गर्म पानी पीना उस तो बाद रात को मैं दाखा भिओ दिना बादाम भिओ दिना तो थोड़े जे चने भिओ दिना सब तो पहला सवेरे उठ के पानी पीने तो बाद मैं यही चीज़ का सेवन करदा उस तो बाद 2 या 3 केले तो उस तो बाद दाल चावल रोटी मैं बड़ी घट खाने है तो कानू झूठ बोला रोटी क्योंकि रोटी खाने एक बॉडी से ज़्यादा काफ्स आ जाते हैं इसलिए काफ्स थोड़े मैं घटाए हुए ने प्रोटीन थोड़ा वधाया वे बाकी जी मेहनत है भाजी मेहनत रंग लिया है चाहे तुम सुकी रोटी भी खाओ जो मेहनत ला रहे हो थोनू रंग आएगा ही आएगा जी। कदों बनाया कदों वर्ल्ड रिकॉर्ड कदों बनाया किस दिन आया भी हाँ गिनीज वर्ल्ड रिकॉर्ड के नाम आ गया भाई जो शुरुआत की 2019 तो की जी मैं मतलब 19 तो मेरे माइंड से सीगा भी मैं क्या यार गिनीज तक पहुँचना ही पहुँचना है गिनीज तो पहला मैं इंटरनेशनल च रिकॉर्ड अपना दर्ज कराया सी इंटरनेशनल बुक ऑफ रिकॉर्ड से 30 सैकेंड के मैं ये 2 उंगलों के नाल 35 पुशअप लाए थे जी उस तो बाद अपनी ट्रेनिंग कंटिन्यू रखी फिर मैं इंडिया बुक ऑफ च ना दर्ज कराया एक बात 30 सैकेंड 48 पुशअप लाए जी मैं एक बात ला एक बात हाँ कुछ ला के दिखाओ एक बाँह के उपर करन पुशअप लगा रहे हैं 48 पुशअप लगाए थे इंडिया च रिकॉर्ड इंडिया च इंडिया लेवल दे रिकॉर्ड बुक ऑफ रिकॉर्ड जी अच्छा इंडिया बुक ऑफ रिकॉर्ड च ना दर्ज कराया तो फिर जिवें लोकल मीडिया वाले ने इंटरव्यू लीती बट मैं 2021 च कीता सीगा इंडिया बुक ऑफ रिकॉर्ड च ना दर्ज तो मैं सोच रखिया सी भी मैं क्या जल्द मतलब गिनीज रिकॉर्ड लैके राजपुरे आवांगा
ਅਤੇ ਆਪਣੇ ਰਾਜਪੁਰੇ ਦਾ ਪੰਜਾਬ ਦਾ ਨਾਂ ਇੰਡੀਆ ਦਾ ਨਾਂ ਰੋਸ਼ਨ ਕਰਾਂਗਾ। ਰਾਜਪੁਰਾ ਜਦੋਂ ਗਿਨੀਜ਼ ਰਿਕਾਰਡ ਪਤਾ ਲੱਗਿਆ ਤਾਂ ਫਿਰ ਕਰਨ ਦੇ ਵਿੱਚ ਅੰਦਰ ਪਰਿਵਾਰ ਦੇ ਵਿੱਚ ਯਾਰਾਂ ਦੋਸਤਾਂ 'ਚ ਕੀ ਮਾਹੌਲ ਸੀ? ਮਾਹੌਲ ਇੱਦਾਂ ਵੀ ਦੇਖੋ, ਮੇਰੀ ਸਭ ਤੋਂ ਵੱਡੀ ਅਚੀਵਮੈਂਟ ਸੀ, ਮੈਂ ਮਤਲਬ ਐਂ ਲਾ ਲਓ ਵੀ ਹਰ ਜਗ੍ਹਾ ਸੁੱਖਿਆ ਵੀ ਹੋਇਆ ਸੀ, ਆਪਣੀ ਮਿਹਨਤ ਵੀ ਕਰ ਰਿਹਾ ਸੀ। ਬਸ ਇੱਕੋ ਇੱਕ ਲਕਸ਼ ਸੀ ਵੀ ਸਭ ਤੋਂ ਵੱਡੀ ਬੁੱਕ ਜਿਹਨੂੰ ਗਿਨੀਜ਼ ਵਰਲਡ ਰਿਕਾਰਡ ਕਹਿੰਦੇ ਉਹ 'ਚ ਆਪਣਾ ਨਾਂ ਦਰਜ ਕਰਾਉਣਾ। ਬਸ 24 ਘੰਟੇ ਮੇਰੇ ਦਿਮਾਗ 'ਚ ਉਹੀ ਚੀਜ਼ ਸੀ। ਦੋ ਵਾਰ ਮੇਰਾ ਰਿਕਾਰਡ ਰਿਜੈਕਟ ਵੀ ਹੋਇਆ, ਬਟ ਫਿਰ ਵੀ ਮੈਂ ਕਿਹਾ ਨਹੀਂ ਯਾਰ, ਰਿਜੈਕਸ਼ਨਾਂ ਤਾਂ ਮਿਲਦੀਆਂ ਰਹਿੰਦੀਆਂ ਨੇ, ਮਿਹਨਤ ਕਰੇ ਰਹਾਂਗੇ, ਅੱਜ ਨਹੀਂ ਕੱਲ੍ਹ ਨਹੀਂ ਇੱਕ ਨਾ ਇੱਕ ਦਿਨ ਆਪਣਾ ਰਿਕਾਰਡ ਜ਼ਰੂਰ ਸਕਸੈਸਫੁੱਲ ਹੋਏਗਾ। ਜ਼ਿੰਦਗੀ ਨੂੰ ਕਿਵੇਂ ਸਮਝਦੇ ਹੋ? ਜ਼ਿੰਦਗੀ ਦਾ ਕੀ ਮਕਸਦ ਹੈ ਤੁਹਾਡੇ ਦਿਮਾਗ ਦੇ ਵਿੱਚ? ਮਤਲਬ ਜ਼ਿੰਦਗੀ ਦਾ ਤਾਂ ਜਿਹੜਾ ਮੇਨ ਮਕਸਦ ਹੈਗਾ, ਬਾਕੀ ਲੋਕਾਂ ਦੀ ਸੋਚ ਮੈਂ ਕਹਿ ਨਹੀਂ ਸਕਦਾ ਕੀ ਸੋਚਦੇ ਨੇ, ਬਟ ਜੋ ਮੈਂ ਇਸ ਸੋਚ ਨੂੰ ਲੈ ਕੇ ਜੀ ਰਿਹਾ ਹੈਗਾ ਵੀ ਜੇ ਆਪਾਂ ਨੂੰ ਰੱਬ ਨੇ ਜੀਵਨ ਦਿੱਤਾ, ਆਪਣਾ ਜੀਵਨ ਮਤਲਬ ਕਿਸੇ ਐਸੇ ਫੀਲਡ 'ਚ ਐਸੇ ਬੰਦੇ ਜਾਂ ਐਸੇ ਜੀਵਨ ਦੇ ਲੇਖੇ ਲਾਓ, ਐਸੇ ਕੰਮ ਦੇ ਲੇਖੇ ਲਾਓ ਕਿ ਆਪਣੇ ਮਰਨ ਤੋਂ ਬਾਅਦ ਵੀ ਆਪਣੇ ਲੋਕ, ਮਰਨ ਤੋਂ ਪਿੱਛੋਂ ਵੀ ਆਪਣੇ ਲੋਕ ਗੱਲਾਂ ਕਰਨ ਵੀ ਹਾਂ ਯਾਰ ਉਹ ਮੁੰਡਾ ਸੀ ਮਰਿਆ, ਉਹਨੇ ਇਹ ਅਚੀਵਮੈਂਟਾਂ ਕੀਤੀਆਂ ਨੇ। ਹੁਣ ਚਾਹੇ ਬੇਸ਼ੱਕ ਮੈਂ ਮਰ ਵੀ ਜਾਵਾਂ, ਬਟ ਮੇਰੀ ਬੁੱਕਾਂ ਦੇ ਵਿੱਚ ਨਾਮ ਤਾਂ ਹਮੇਸ਼ਾ ਬੋਲਣਗੇ ਰਹਿੰਦੀ ਦੁਨੀਆ ਤੱਕ। ਬਸ ਮੇਰੀ ਇਹ ਹੈ ਵੀ ਕੁਛ ਨਾ ਕੁਛ ਕਰਕੇ ਇਸ ਦੁਨੀਆ ਤੋਂ ਜਾਣਾ, ਇੱਦਾਂ ਨਹੀਂ ਜਾਣਾ। ਪੰਜਾਬ ਦੇ ਨੌਜਵਾਨਾਂ ਨੂੰ ਆਖਰੀ ਸੰਦੇਸ਼ ਦੇ ਦਿਓ। ਪੰਜਾਬ ਦੇ ਨੌਜਵਾਨਾਂ ਨੂੰ ਇੱਦਾਂ ਮੇਰਾ ਸੰਦੇਸ਼ ਆਹੀ, ਜਿੰਨੇ ਵੀ ਮੇਰੇ ਭਰਾ ਮੈਨੂੰ ਵੇਖ ਰਹੇ ਹੈਗੇ, ਮੈਂ ਉਹਨਾਂ ਨੂੰ ਇਹੀ ਚਾਹੁੰਦਾ ਵੀ ਹਰ ਬੰਦੇ ਨੂੰ ਆਪਣਾ ਨਾ ਕੋਈ ਨਾ ਕੋਈ ਗੋਲ ਜ਼ਰੂਰ ਸਿਲੈਕਟ ਕਰਨਾ ਚਾਹੁੰਦਾ ਚਾਹੀਦਾ, ਚਾਹੇ ਉਹ ਫਿਟਨੈਸ ਦਾ ਹੋਵੇ, ਚਾਹੇ ਕਿਸੇ ਵੀ ਫੀਲਡ ਦਾ ਹੋਵੇ। ਬਗੈਰ ਵਿਦਾਊਟ ਗੋਲ ਤੁਸੀਂ ਜ਼ਿੰਦਗੀ ਦੇ ਵਿੱਚ ਦੁਨੀਆ 'ਤੇ ਆਪਾਂ ਕਾਮਯਾਬ ਨਹੀਂ ਹੋ ਸਕਦੇ। ਜੇ ਆਪਾਂ ਆਪਣੇ ਲਕਸ਼ ਨੂੰ ਦਿਮਾਗ 'ਚ ਫਿਕਸ ਕਰ ਲਿਆ, ਉਹਦੇ 'ਤੇ ਮਿਹਨਤ ਕਰਦੇ ਜਾਵਾਂਗੇ, ਇੱਕ ਨਾ ਇੱਕ ਦਿਨ ਆਪਾਂ ਨੂੰ ਸਫਲਤਾ ਜ਼ਰੂਰ ਮਿਲੇਗੀ। ਇਹ ਮੈਂ ਖੁਦ ਤੁਹਾਡੇ ਸਾਹਮਣੇ ਹਾਂ, 5 ਸਾਲਾਂ ਦਾ ਜਿਹੜਾ ਮੇਰਾ ਸੁਪਨਾ ਸੀ ਉਹ ਅੱਜ ਪੂਰਾ ਹੋਇਆ ਮੇਰਾ। ਠੀਕ, ਤਾਂ ਜ਼ਿੰਦਗੀ ਦੇ ਵਿੱਚ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਅਤੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਰਾਹਾਂ 'ਤੇ ਵੀ ਚੱਲਣ ਦੀ ਬਹੁਤ ਜ਼ਿਆਦਾ ਲੋੜ ਹੈ। ਕੈਮਰਾ ਪਰਸਨ ਪ੍ਰੀਤਮ ਦੇ ਨਾਲ ਆਸ਼ੂ ਅਨੇਜਾ, ਲਿਬਰਲ ਟੀ ਵੀ, ਰਾਜਪੁਰਾ।